ਜਾਨ ਸੋਹਣਿਆ ਕਰਾਂ ਤੇਰੇ ਉੱਤੋਂ ਜਿੰਦ ਕੁਰਬਾਨ ਸੋਹਣਿਆ, ਜਿੰਦ ਕੁਰਬਾਨ ਸੋਹਣਿਆ। ਜਿਹੜੇ ਆਸ਼ੇ ਕੋਦਰਾ ਪੜ ਲਓ ਮਜ਼ਾ ਆ ਜਾਏ, ਤੇਰੇ ਸਦਕੇ ਤੇ ਮੇਰੀ ਜਿੰਦ ਜਾਨ ਸੋਹਣਿਆ ਕਰਾਂ ਤੇਰੇ ਉੱਤੋਂ ਜਿੰਦ ਨਸੀਬਾਂ ਨਾਲ। ਕਹਿੰਦੀ ਹੈ ਮਜਾਲ ਵੇ ਮੈਂ ਤੇ ਚੁੱਕਿਆ ਏ ਗੋਦੀ ਵਿੱਚ ਆਮਨਾ ਦਾ ਲਾਲ, ਆਮਨਾ ਦਾ ਲਾਲ ਵੇ ਇੰਜ ਲੱਗਦਾ ਏ, ਇੰਜ ਲੱਗਦਾ ਏ ਆਖਿਰ ਜ਼ਮਾਨ ਸੋਹਣਿਆ ਕਰਾਂ ਤੇਰੇ ਉੱਤੋਂ ਜਿੰਦ ਕੁਰਬਾਨ ਸੋਹਣਿਆ, ਜਿੰਦ ਕੁਰਬਾਨ ਸੋਹਣਿਆ। ਪੁੱਛਦੀਆਂ ਨੇ ਹਲੀਮਾ ਸਾਨੂੰ ਵੀ ਦੱਸ ਖੀਰੇ ਕੀ ਜਾਣੀ ਹੈ, ਆਪ ਕਹਿੰਦੀਆਂ ਨੇ ਇਹਦੇ ਮੁਖੜੇ ਨੂਰਾਨੀ ਦਾ, ਇਹਦੇ ਮੁਖੜੇ ਨੂਰਾਨੀ ਦਾ ਜਵਾਬ ਕੋਈ ਨਾ, ਇਹਦੇ ਮੁਖੜੇ ਨੂਰਾਨੀ ਦਾ ਜਵਾਬ ਕੋਈ ਨਾ, ਇਹਨੂੰ ਤੱਕਣ ਦੀ ਚੰਨ ਵਿੱਚ ਤਾਪ ਕੋਈ ਨਾ, ਤਾਪ ਕੋਈ ਨਾ। ਬਣਿਆ ਤੇਰੇ ਲਈ ਸਾਰਾ ਇਹ ਜਹਾਨ ਸੋਹਣਿਆ ਕਰਾਂ ਤੇਰੇ ਉੱਤੋਂ ਜਿੰਦ ਕੁਰਬਾਨ ਸੋਹਣਿਆ। ਤੇ ਕਹਿੰਦੀ ਕਹਿੰਦੀ ਆਖਤ ਕਹਿੰਦੀ ਅੱਜ ਕਿਸਮਤ, ਅੱਜ ਕਿਸਮਤ ਤੋਰ ਕੇ ਲਿਆਈ ਤੇਰੇ ਕੋਲ ਵੇ, ਅੱਜ ਕਿਸਮਤ ਤੋਰ ਕੇ ਲਿਆਈ ਤੇਰੇ ਕੋਲ। ਅਸੀਂ ਤੁਹਾਨੂੰ ਦੱਸਣ ਆਏ ਹਾਂ ਸਾਡਾ ਦਹਿਸ਼ਤਗਰਦਾਂ ਨਾਲ ਕੋਈ ਤਲਕ ਨਹੀਂ। ਸ਼ੇਖ ਉਲ ਹਦੀਸ ਵਾਲਾ ਅਬਦੁਲ ਕੁਦੂਸ ਕਰਨ ਸਾਹਿਬ ਕੁਰਾਨ ਹੱਥ ਤੇ ਲੈ ਕੇ ਕਹਿ ਰਹੇ ਸੀ ਅੱਲਾਹ ਕਿ ਸਾਡਾ ਕੋਈ ਤਲਕ ਨਹੀਂ, ਸਮਝ ਨਹੀਂ ਆਉਂਦੀ ਪਤ ਨਹੀਂ ਇਹਨਾਂ ਨੂੰ ਦੱਸਦਾ ਕੌਣ ਹੈ। ਮੁੜ ਕੇ ਕਹਿੰਦੇ ਯਾਰ ਗੱਲ ਸੱਚੇ ਤੁਸੀਂ ਵੀ ਹੋ ਪਰ ਸ਼ੱਕ ਤੁਹਾਡੇ ਤੇ ਹੀ ਹੈ। ਉਹ ਇੱਕ ਬੰਦਾ ਸੀ ਨਾ ਤੁਹਾਨੂੰ ਕੱਟਾ ਰੱਖਿਆ ਸੀ ਕੱਟਾ, ਤੇ ਰਾਤ ਨੂੰ ਬਾਂਦਰ ਆ ਕੇ ਬਾਬੇ ਦਾ ਆਟਾ ਖਾ ਜਾਏ ਜਾਂਦੀ ਬਾਕੀ ਥੋੜਾ ਜਿਹਾ ਕੱਟੇ ਮੂੰਹ ਦੇ ਮਾਰ, ਉਹ ਸਵੇਰੇ ਜਦੋਂ ਹੋਵੇ ਤੇ ਵੇਖੇ ਕੱਟਾ ਫਰੰਗੇ ਹੱਥੋਂ ਉਹ ਬਾਬਾ ਟਾਂਗ ਚੁੱਕ ਕੇ ਦਿੱਤੇ ਤੇਰੇ ਦੀ ਕੱਟੇ ਨੂੰ ਪੁੱਟੇ। ਕਿਸੇ ਸਮਝਦਾਰ ਬੰਦੇ ਨੇ ਕਿਹਾ ਬਾਬਾ ਜੀ ਇਹ ਕੱਟੇ ਕੁੱਟਦਾ ਰੋਜ਼ਾਨਾ, ਕੋਈ ਸੁੱਖ ਨਾ ਸੁੱਖੀ ਕੱਟਾ ਕੁੱਟਣ ਦਾ, ਲੱਗਦਾ ਹੀ ਆਟਾ ਖਾ ਜਾਂਦਾ। ਉਹਨਾਂ ਕਿ ਰਾਤ ਨੂੰ ਖੋਲਦੇ ਲੱਗਣ ਨਹੀਂ ਹੁੰਦਾ ਤੇ ਬੰਨੇ ਹੋਇਆ, ਕਹਿੰਦਾ ਬਾਬਾ ਜੀ ਏਡਾ ਕੱਟਾ ਕਿਹੜਾ ਸਿਆਣਾ ਹੋ ਗਿਆ ਆਪੇ ਖੁੱਲ ਜਾਂਦਾ ਹੈ, ਵੱਡੇ ਉਹਨੂੰ ਕੁੱਟੀ ਜਾ ਮੈਂ ਖਾ ਕੇ ਤੇ ਥੋੜਾ ਜਿਹਾ ਕੱਟੇ ਤੇ ਮੂੰਹ ਤੇ ਮਲ ਗਿਆ ਤੇ ਉਹਦੇ ਬਾਬਾ ਕਹਿਣ ਲੱਗਾ ਉਹ ਖਾਂਦਾ ਕੋਈ ਰਿਹਾ ਕੁੜੀਂਦਾ ਕੋਈ ਉਹ ਬੰਦਾ ਕਿਸੇ ਗੈਰ ਮੁਲਕ ਗਿਆ ਨਾ ਤਾਂ ਦੋਸਤ ਉਹਦੇ ਕੰਮ ਤੇ ਗਿਆ ਸੀ ਵਾਪਸ ਆਇਆ ਤੇ ਉਹ ਰੋਵੇ ਬੈਠਾ। ਉਹਨਾਂ ਪੁੱਛਿਆ ਕੀ ਹੋਈ, ਕਹਿੰਦਾ ਯਾਰ ਪਿੰਡੂ ਖਾਧਾ ਹੈ ਤੇਰੀ ਵੀ ਬੇਵਾ ਹੋ ਗਈ। ਉਹਨਾਂ ਕਹਾ ਪਾਗਲ ਤੇ ਬਚੇ ਆ, ਪਤਾ ਬੀਬੀ ਤੇਰੀ ਬੇਵਾ ਹੋ ਗਈ ਤੈਨੂੰ ਪਤਾ ਬੇਵਾ ਕਹਿੰਦੇ ਕਿਹਨੂੰ। ਉਹਨਾਂ ਕਹਿੰਦੇ ਤਾਂ ਖਾਵਣ ਮਰ ਜਾ ਤੇ ਕਹਿੰਦਾ ਤੂੰ ਜਿੰਦਾ ਬੈਠਾ ਤੇ ਬੀਬੀ ਤੇਰੀ ਬੇਵਾ ਕਿਵੇਂ ਹੋ ਗਈ, ਕਹਿੰਦੇ ਇਹ ਤਾਂ ਮੈਂ ਸੋਚੀ ਬੈਠਾ। ਕਹਿੰਦਾ ਤੇ ਤੂੰ ਰੋਂਦਾ ਕਿਉਂ ਆ, ਕਹਿੰਦੇ ਜੇ ਰੋਂਦਾ ਇਸ ਵਾਸਤੇ ਆ ਫਿਰ ਪਿੰਡ ਵਾਲਿਆਂ ਨੇ ਲਿਖਿਆ ਹੋ ਸਕਦਾ ਤਾਂ ਰੋਂਦਾ ਹੋ। ਹਮਾਰਾ ਦਾਮਨ ਸਾਫ ਹੈ, ਹਮ ਲਾਨਤ ਕਰਤੇ ਹੈ ਦਹਿਸ਼ਤਗਰਦੀ ਪੇ, ਹਮ ਲਾਨਤ ਕਰਤੇ ਫਿਰ ਕਵਾਰੀਅਤ ਪੇ, ਹਮ ਹਮਾਰੇ ਦੁਸ਼ਮਨ ਹੈ ਵੋ ਜੋ ਪਾਕਿਸਤਾਨ ਕੇ ਦੁਸ਼ਮਨ ਹੈ। ਮਾਸ਼ਾਅੱਲਾ ਮਾਸ਼ਾਅੱਲਾ ਬਿਲਕੁਲ ਹਮਾਰਾ ਉਨਸੇ ਕੋਈ ਤਾਲੁਕ ਨਹੀਂ, ਹਮੇਂ ਜੇ ਧਰਤੀ ਆਪਣੀ ਮਾਂ ਕੀ ਤਰ੍ਹਾਂ ਪਿਆਰੀ, ਬੇਸ਼ੱਕ ਪਿਆਰੀ ਹੈ ਕਿ ਨਹੀਂ ਹੈ, ਪਾਕਿਸਤਾਨ ਕਾ ਤਾਫਸ ਕਰੇਂਗੇ ਕਿ ਨਹੀਂ ਕਰੇਂਗੇ, ਆਪ ਫੌਜ ਕੇ ਸ਼ਾਨਾ ਬਸ਼ਾਨਾ ਖੜੇ ਹੋਗੇ ਕਿ ਨਹੀਂ ਹੋਗੇ, ਆ ਦੋਨੋਂ ਹੱਥ ਲਹਿਰਾ ਕੇ ਕਹੋ ਖੜੇ ਹੋਗੇ।
انشاءاللہ مریں گے بھی پاکستان کے لیے اور لڑیں گے بھی پاکستان کے لیے. ہم وہ نہیں ہیں, پیدا یہاں ہوتے ہیں, مرنے بھرتے کے یوں دے باپ. مفتی صاحب نے بیگ پڑھے, میں نے پڑھے ہے. پاکستان ہمارا اور ہم پاکستان کے ہیں. سبحان اللہ, تو افریقہ حضرت ریمہ چوکے کہتی ہے اج قسمت, اج قسمت ٹور کے لے آئی تیرے کول ہس کے تبولوے, ہس کے تبولوے غیر گئی ہوں امن پہچان سونے, غیر گئی ہوں امن پہچان سونے تیرے ست کے میری جان سونے. قرآن تے بھی قربان, حضور دے دین تے بھی قربان, انشاءاللہ پاکستان خوش نصیب ہوگا وہ آدمی جو اس مسجد کی تعمیر و ترقی میں حصہ لے گا, اور بد نصیب ہے وہ آدمی کہ جو مساجد کی مخالفت کرتا ہے. اور بد نصیبوں میں شامل نہ ہونا, محبت کرنے والوں میں شامل ہونا. تو میری دعا ہے کہ اللہ پاک اس ادارے کو قیامت تک آباد و شاد فرمائے, توحید و سنت کے چشمے جاری فرمائے. بہت کچھ کہنے کو تھا کیونکہ وقت بہت کم ہے.